ਇਦੇ ਨਾਲ ਬੈਰੀਅਰ ਇਹ ਕ੍ਰੀਏਟ ਹੋ ਰਿਹਾ ਹੈ ਕਿ ਹੁਣ ਜਿੱਦਾਂ ਕਿ ਮੈਂ ਹਾਂ ਯੂਨੀਵਰਸਿਟੀ ਆਫ ਟੋਰਾਂਟੋ ਦੀ ਸਟੂਡੈਂਟ ਮੈਂ ਬਹੁਤ ਦਿਲੋ ਜਾਨ ਨਾਲ ਟੀਚਰ ਬੰਨਾ ਚਾਹੁੰਦੀ ਸੀ ਤੇ ਮੈਨੂੰ ਫਾਈਨਲੀ ਉਹ ਮੌਕਾ ਮਿਲਦਾ ਪਿਆ ਹੈ ਕਿ ਮੈਂ ਟੀਚਰਸ ਕਾਲਜ ਆਪਣੀ ਐਜੂਕੇਸ਼ਨ ਯੂਨੀਵਰਸਿਟੀ ਆਫ ਟੋਰਾਂਟੋ ਦੇ ਥਰੂ ਪੂਰੀ ਕਰ ਸਕਾਂ ਪਰ ਹੁਣ ਮੇਰਾ ਸਭ ਤੋਂ ਵੱਡਾ ਸਟ्रेस ਫਿਲਹਾਲ ਇਹ ਹੈ ਕਿ ਮੇਰੇ ਕੋਲ ਟੋਰਾਂਟੋ ਯੂਨੀਵਰਸਿਟੀ ਪਹੁੰਚਣ ਦਾ ਕੋਈ ਸਾਧਨ ਨਹੀਂ ਤੇ ਜਦੋਂ ਮੈਂ ਯੂਨੀਵਰਸਿਟੀਆਂ ਨੂੰ ਆਪਣੀ ਪ੍ਰੋਬਲਮ ਦੱਸਦੀ ਹਾਂ ਉਹ ਇਸ ਬਾਰੇ ਕੁਝ ਵੀ ਨਹੀਂ ਕਰ پا ਰਹੇ ਨੇ ਕਿਉਂਕਿ ਡਿਸੇਬਿਲਿਟੀ ਮੇਰੀ ਆਪਣੀ ਹੈ ਤੇ ਪ੍ਰੋਬਲਮ ਵੀ ਉਹਨਾਂ ਨੂੰ ਮੇਰੀ ਆਪਣੀ ਹੀ ਲੱਗਦੀ ਹੈ ਇੱਕ ਪਾਸੇ ਤਾਂ ਅਸੀਂ ਕਹਿੰਦੇ ਆ ਕਿ ਅਸੀਂ ਚਾਹੁੰਦੇ ਹਾਂ ਕਿ ਸਾਡੇ ਸਟੂਡੈਂਟ ਅੱਗੇ ਐਜੂਕੇਸ਼ਨ ਲਰਨ ਹਾਇਰ ਐਜੂਕੇਸ਼ਨ এমਪਲॉयਮੈਂਟ ਚ ਚਾਹਣ ਤੇ ਦੂਜੇ ਪਾਸੇ ਅਸੀਂ ਉਹ ਜਦੋਂ ਇੰਡੀਵਿਜੂਅਲ ਐਫਰਟ ਕਰ ਰਹੇ ਆ ਅਸੀਂ ਉਹਨਾਂ ਨੂੰ ਫਿਰ ਹੋਰ ਪਰੇਸ਼ਾਨੀ ਚ ਪਾ ਰਹੇ ਆ ਕਿ ਇੰਡੀਵਿਜੂਅਲੀ ਤਾਂ ਉਹਨਾਂ ਨੇ ਆਪਣੀ ਐਫਰਟਸ ਕਰ ਲਿਆ ਪਰ ਸਿਸਟਮ ਅਸੀਂ ਕ੍ਰੀਏਟ ਨਹੀਂ ਕਰ ਰਹੇ ਉਹਨਾਂ ਨੂੰ ਸਪੋਰਟ ਕਰਨ ਵਾਸਤੇ ਜਦੋਂ ਅਸਮਰਥਾ ਸਾਨੂੰ ਸੀਮਤ ਨਹੀਂ ਕਰਦੀ ਹੈ ਤਾਂ ਆਵਾਜ਼ਾਂ ਨੂੰ ਲੋਕਾਂ ਦੇ ਸੁਪਨੇ ਤੱਕ ਪਹੁੰਚਣ ਦੇ ਰਾਹ ਵਿੱਚ ਕਿਉਂ ਆਉਣਾ ਚਾਹੀਦਾ ਹੈ ਇਹ ਕੁਸ਼ਬ ਨੇ ਅਰਸ਼ਦੀਪ ਦੇ ਜਿਨ੍ਹਾਂ ਵੱਲੋਂ ਜੀਟੀਏ ਵਿੱਚ ਪੈਰਾਟਰਾਂਜ਼ਿਟ ਦੇ ਸੁਧਾਰ ਦੀ ਪੁਕਾਰ ਲਈ ਆਈ ਜਾ ਰਹੀ ਹੈ ਸਾਡੇ ਨਾਲ ਖਾਸਪਾਰ ਤਲਾਵਿਚ ਉਹਨਾਂ ਵੱਲੋਂ ਆਪਣੀ ਤਕਲੀਫ ਸਾਂਝੀ ਕੀਤੀ ਗਈ ਕਿ ਕਿਸ ਤਰ੍ਹਾਂ ਉਹਨਾਂ ਨੂੰ ਆਪਣੀ ਰੋਜ਼ ਦੀ ਜ਼ਿੰਦਗੀ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਮੇਰੀ ਇੱਕ ਸਟੋਰੀ ਐਵੀ ਹੈ ਕਿ ਮੈਂ ਜਦੋਂ ਇਹ ਇਨੀਸ਼ੀਏਟਿਵ ਸ਼ੁਰੂ ਕੀਤਾ ਤਾਂ ਮੈਨੂੰ ਬਹੁਤ ਲੋਕਾਂ ਨੇ ਕਿਹਾ ਵੀ ਮੇਰੀ ਉਮਰ ਦੇ ਕਾਫੀ ਯੁਵਾ ਪੀੜ੍ਹੀ ਨੇ ਕਿਹਾ ਕਿ ਉਹ ਆਪਣੀ ਐਜੂਕੇਸ਼ਨ ਡ੍ਰੀਮਸ ਨੂੰ ਕਾਫੀ ਹੱਦ ਤੱਕ ਭੁੱਲ ਚੁੱਕੇ ਨੇ ਤੇ ਕਾਫੀ ਹੱਦ ਤੱਕ ਮਜਬੂਰੀ ਵਿੱਚ ਛੱਡ ਚੁੱਕੇ ਨੇ ਕਿਉਂਕਿ ਉਹਨਾਂ ਕੋਲ ਇੰਸਟੀਚਿਊਟ ਤੱਕ ਪਹੁੰਚਣ ਦਾ ਕੋਈ ਸਾਧਨ ਹੈ ਹੀ ਨਹੀਂ ਤੇ ਜਿੱਥੇ ਆਪਣੀ ਇਕਨੋਮੀ ਨੂੰ ਆਪਣੇ ਵਰਗੇ ਯੁਵਾ ਪੀੜ੍ਹੀ ਦੀ ਲੋੜ ਹੈ ਜਿਹੜੇ ਕਿ ਆਪਣੇ ਕੈਰੀਅਰਸ ਨੂੰ ਪੈਸ਼ਨ ਨਾਲ ਫੋਲੋ ਕਰ ਸਕਣ ਉੱਥੇ ਇਦਾਂ ਦੇ ਰੀਜਨਲ ਬੈਰੀਅਰਸ ਦਾ ਹੋਣਾ ਇੱਕ ਸ਼ਰਮਨਾਕ ਗੱਲ ਹੈ ਜੀ ਪੀਲ ਵੀ ਜਿੰਦੇ ਟ੍ਰਾਂਸਹੈਲਪ ਦੀ ਵੈਬਸਾਈਟ ਤੇ ਪੜਿਆ ਜਾਵੇ ਤਾਂ ਬ੍ਰਾਂਟਨ ਕੈਲਿਡਨ ਅਤੇ ਮੈਸੀਸਾਗਾ ਵਿੱਚ ਯੋਗ ਨਿਵਾਸੀਆਂ ਲਈ ਵਿਸ਼ੇਸ਼ ਜਨਤਕ ਆਵਾਜਾਈ ਪ੍ਰਦਾਨ ਕੀਤੀ ਗਈ ਹੈ ਪੀਲ ਰੀਜਨ ਮੁਤਾਬਕ ਟ੍ਰਾਂਸਹੈਲਪਤਿਕ ਖੇਤਰੀ ਆਵਾਜਾਈ ਪਾਈਵਾਲਾ ਦਾ ਟਿੱਚਾ 2025 ਤੱਕ 100% ਪਹੁੰਚ ਯੋਗਤਾ ਤੱਕ ਪਹੁੰਚਣਾ ਹੈ ਅਸ਼ਤੀ ਮੁਤਾਬਕ ਜਦੋਂ ਕਿ ਬੱਸਾਂ ਨੂੰ ਬਦਲਣਾ ਇੱਕ ਆਸਾਨ ਕੰਮ ਜਾਪਦਾ ਹੈ ਜਦੋਂ ਤੁਸੀਂ ਪੈਰਾ ਟ੍ਰਾਂਜ਼ਿਟ ਜੀਨੇ ਕੀ ਟ੍ਰਾਂਸਫਰ ਅਤੇ ਵੀਲ ਟ੍ਰਾਂਸਨਾ ਯਾਤਰਾ ਕਰ ਰਹੇ ਹੋ ਤਾਂ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਜੇਕਰ ਤੁਹਾਡੀ ਕੋਈ ਰਾਈਡ ਲੇਟ ਹੋ ਜਾਂਦੀ ਹੈ ਤਾਂ ਤੁਹਾਡੀ ਕਨੈਕਟਿੰਗ ਰਾਈਡ ਗਵਾਉਣ ਦਾ ਖਤਰਾ ਹੈ ਜੀ ਉਹਨਾਂ ਵੱਲੋਂ ਫਿਲਹਾਲ ਜਦੋਂ ਮੈਂ ਆਪਣੀ ਪ੍ਰੋਬਲਮ ਦੱਸੀ ਕਿ ਮੈਂ ਵੌਲਟਨ ਦੇ ਵਿੱਚ ਰਹਿਣੀ ਹਾਂ ਮਿਸਿਸ ਅਗੱਤ ਤੇ ਮਾਰਨਿੰਗ ਸਟਾਰ ਤੇ ਤੇ ਮੈਂ ਜਾਣਾ ਚਾਹੁੰਦੀ ਹਾਂ ਟੋਰਾਂਟੋ ਤੇ ਉਹਨਾਂ ਕੋਲੇ ਸਿਰਫ ਇੱਕੋ ਹੀ ਐਕਸ਼ਨ ਪਲਾਨ ਹੈ ਕਿ ਪਹਿਲਾਂ ਮੈਂ ਇਥੋਂ ਪੀਲ ਰੀਜਨ ਦੀ ਟ੍ਰਾਂਜ਼ਿਟ ਲਵਾਂ ਟ੍ਰਾਂਟੋ ਦੇ ਅਪੀਲ ਦੇ ਐਂਡ ਤੱਕ ਜਾਵਾਂ ਅਪੀਲ ਤੇ ਐਂਡ ਤੋਂ ਲੈ ਕੇ ਮੈਨੂੰ ਟ੍ਰਾਂਟੋ ਵਾਲੀ ਟ੍ਰਾਂਜ਼ਿਟ ਪਿਕ ਕਰੇ ਤੇ ਮੈਨੂੰ ਯੂਨੀਵਰਸਿਟੀ ਆਫ ਟ੍ਰਾਂਟੋ ਛੱਡੇ ਇੱਕ ਸੋਲੂਸ਼ਨ ਹੈ ਤੇ ਸਹੀ ਪਰ ਇੱਥੇ ਇੱਕ ਬੈਰੀਅਰ ਇਹ ਆਂਦਾ ਹੈ ਕਿ ਜਦੋਂ ਤੁਹਾਡੀ ਟ੍ਰਾਂਸਫਰ ਦੀ ਰਾਈਡ ਲੇਟ ਹੋ ਜਾਵੇ ਤੇ ਆਟੋਮੈਟਿਕਲੀ ਤੁਸੀਂ ਆਪਣੀ ਜਿਹੜੀ ਅੱਗੇ ਆਉਣ ਵਾਲੀ ਰਾਈਡ ਹੈ ਉਹਦੇ ਲਈ ਲੇਟ ਹੋ ਜਾਣੇ ਹੋ ਤੇ ਇਹ ਕਰਨਾ ਮੇਰੇ ਖਿਆਲ ਨਾਲ ਕੋਈ ਵੀ ਸਟੂਡੈਂਟ ਜਾਂ ਕੋਈ ਵੀ ਵਰਕੇਬਲ ਜਿਹੜਾ ਬੰਦਾ ਆਪਣੇ এমਪਲాయਮੈਂਟ 'ਚ ਐਦਾਂ ਦੀ ਫੈਸਿਲਿਟੀ ਅਫੋਰਡ ਨਹੀਂ ਕਰ ਪਾਂਦਾ ਕਿਉਂਕਿ ਐਦਾਂ ਦੇ ਬੈਰੀਅਰਸ ਕਰਕੇ ਜਾਂ ਤੇ ਆਪਣੀ ਕਲਾਸ ਲਈ ਬੰਦਾ ਲੇਟ ਹੋਏਗਾ ਜਾਂ ਆਪਣੇ এমਪਲాయਮੈਂਟ ਲਈ ਮੀਨੂ ਸਿਕੰਦ ਜੋ ਕਿ ਅਸੈਸਿਬਿਲਟੀ ਫਾਰ 올 ਸੰਸਥਾ ਚਲਾਉਂਦੇ ਹਨ ਜਿਸ ਦਾ ਮੁੱਖ ਟੀਚਾ ਪਹੁੰਚਯੋਗ ਸਮਮਲਿਤ ਕਮਿਊਨਿਟੀ ਬਣਾਉਣਾ ਜੋ ਕਿ ਮਨੁੱਖ ਵਿਭਿੰਨਤਾ ਅਤੇ ਯੋਗਤਾਵਾਂ ਨੂੰ ਮਨਾਉਂਦਾ ਹੈ ਅਤੇ ਕਲੇ ਲਗਾਉਂਦਾ ਹੈ ਵੱਲੋਂ ਅਰਜਦੀਪ ਨੂੰ ਇਸ ਵਿੱਚ ਸਪੋਰਟ ਕੀਤਾ ਜਾ ਰਿਹਾ ਹੈ ਉਨਾ ਮੁਤਾਬਿਕ ਅクセसिਬਿਲਟੀ ਨੂੰ ਪਹੁੰਚ ਕੀਤੀ ਜਾ ਰਹੀ ਹੈ ਤਾਂ ਜੋ ਇਸ ਸੰਬੰਧ ਵਿੱਚ ਕਦਮ ਚੁੱਕੇ ਜਾ ਸਕਣ ਜਦੋਂ ਇਹ ਨਫ ਸਿਗਨੇਚਰ ਹੋ ਜਾਣਗੇ ਅਸੀਂ ਅクセसिਬਿਲਟੀ ਐਡਵਾਈਜ਼ਰੀ ਕਮੇਟੀ ਕੀ ਜਿਹੜੀਆਂ ਹੈਗੀਆਂ ਉਹਨਾਂ ਨੂੰ ਇਸ ਪਾਲਿਸੀ ਗੈਪ ਦੇ ਬਾਰੇ ਦੱਸਣਾ ਚਾਹੁੰਦੇ ਆ ਕਿਉਂਕਿ ਇੱਕ ਸਟੂਡੈਂਟ ਐਟ ਅ ਟਾਈਮ ਅਸੀਂ ਜਦੋਂ ਕਿਸੇ ਮੁਸ਼ਕਲ ਦਾ ਹਾਲ ਕੱਢਦੇ ਆ ਤੇ ਬਾਕੀ ਜਿਹੜੇ 99% ਸਟੂਡੈਂਟ ਅਫੈਕਟਡ ਹੈ ਉਹਨਾਂ ਨੂੰ ਤਾਂ ਕੋਈ ਫਾਇਦਾ ਨਹੀਂ ਹੁੰਦਾ ਕਿਉਂਕਿ ਇਹ ਇੱਕ ਕਿਸਮ ਦਾ ਤੁਹਾਨੂੰ ਸਪੈਸ਼ਲ ਸਰਕਮਸਟੈਂਸਸ ਚ ਉਹ ਅਕਾਮੋਡੇਸ਼ਨ ਦੇ ਦਿੰਦੇ ਆ ਸੋ ਇਸ ਸਿਸਟਮ ਨੂੰ ਹੀ ਬਦਲਣਾ ਚਾਹੁੰਦੇ ਆ ਔਰ ਇਹ ਸਿਰਫ ਪੀ ਲਈ ਨਹੀਂ ਹੋ ਸਕਦਾ ਇਹ ਹੋ ਸਕਦਾ ਯੋਰਕ ਰੀਜਨ ਚ ਵੀ ਚੇਂजेस ਆਨ ਤੇ ਬੜਾ ਹੀ ਇੰਪੋਰਟੈਂਟ ਹੈ ਕਿ ਅਸੀਂ ਆਪਣੀ ਯੰਗ ਜਨਰੇਸ਼ਨ ਨੂੰ ਸਪੋਰਟ ਕਰੀਏ ਤਾਂ ਕਿ ਉਹ ਆਪਣੀ ਐਜੂਕੇਸ਼ਨ ਕਰ ਸਕਣ ਆਪਣੀ ਕੈਰੀਅਰ ਨੂੰ ਅੱਗੇ ਵਧਾ ਸਕਣ ਤੇ ਫਿਰ ਨਾ ਤਾਂ ਉਹਨਾਂ ਨੂੰ ਵੈਲਫੇਅਰ ਤੇ ਹੋਣਾ ਪਏਗਾ ODS P ਜਿੰਨੂੰ ਸਾਨੂੰ ਪਤਾ ਹੈ ਕਿ ਪਾਵਰਟੀ ਲਾਈਨ ਤੇ ਫਿਰ ਬੰਦਾ ਸਰਵਾਈਵ ਕਰਦਾ ਸੋ ਇਟਸ ਅਬਾਊਟ देयर ਫਿਊਚਰ ਐਂਡ ਆਈ ਥਿੰਕ ਮੋਰ ਸਿਗਨੇਚਰ ਯੂ نو ਕਿ ਪਬਲਿਕ ਸਪੋਰਟ ਸ਼ੋ ਕਰਦੇ ਆ ਤੇ ਪਬਲਿਕ ਸਪੋਰਟ ਹੋਣ ਨਾਲ ਤੁਹਾਡੀ ਆਵਾਜ਼ ਜਿਹੜੀ ਹੈ ਉਹ ਹੋਰ ਸਟਰੋਂਗ ਹੋ ਜਾਂਦੀ ਹੈ ਅਰਸ਼ਦੀਪ ਨੇ ਆਪਣੀ ਜ਼ਿੰਦਗੀ ਵਿੱਚ ਆਉਣ ਵਾਲੇ ਮੁਸੀਬਤ ਦੇ ਸੰਬੰਧ ਵਿੱਚ ਸਾਨੂੰ ਜਾਗਰੂਕ ਕੀਤਾ ਇਨ ਨਵੇਂ ਸੈਪਟੈਂਬਰ ਕੋਰਸ ਵਿੱਚ ਕੰਮ ਕਰਨ ਲਈ ਉਹਨਾਂ ਨੂੰ 6 ਤੋਂ 8 ਘੰਟੀਆਂ ਲਈ ਕੈਂਪਸ ਵਿੱਚ ਰਹਿਣ ਦੀ ਜ਼ਰੂਰਤ ਹੋਵੇਗੀ ਅਤੇ ਕੈਂਪਸ ਵਿੱਚ ਜਾਣ ਦੇ ਸਮੇਂ 3 ਤੋਂ 4 ਘੰਟੇ ਲੱਗ ਸਕਦੇ ਹਨ ਪਟੀਸ਼ਨ ਦਾ ਮੁੱਖ ਉਦੇਸ਼ ਪੈਰਾ ਟ੍ਰਾਂਜ਼ਿਟ ਸਿਸਟਮ ਨੂੰ ਸਾਰੇ ਖੇਤਰਾਂ ਵਿੱਚ ਯਾਤਰੀਆਂ ਨੂੰ ਲਿਜਾਣਾ ਚਾਹੀਦਾ ਹੈ ਪਟੀਸ਼ਨ ਬਾਰੇ ਹੋਰ ਜਾਣਕਾਰੀ change.org ਤੇ ਵੀ ਮਿਲ ਸਕਦੀ ਹੈ ਉਹਨਾਂ ਵੱਲੋਂ ਵਿੱਚ ਇਹ ਉਮੀਦ ਲਗਾਈ ਜਾ ਰਹੀ ਹੈ ਕਿ ਕਮਿਊਨਿਟੀ ਦੇ ਲੋਕ ਇਸ ਵਿੱਚ ਜੁੜਨਗੇ ਅਤੇ ਲੋਕਾਂ ਦੀ ਮਦਦ ਕਰਨਗੇ ਤਰुण ਪਾਲ ਸਿੰਘ ਓਮੀ ਨਿਊਜ਼